ਵਾਲਾ ਦਿੱਲੀ ਤੇ ਪਹਿਲੀ ਕਬੱਡੀ ਆ ਨੌਜਵਾਨ ਸਿੰਘ ਸਰਦਾਰ ਤੇ ਰਮਣ ਕਬੱਡੀ ਪਾ ਰਿਹਾ ਚੜਤ ਨੇ ਪਹਿਲਾ ਧਾਵਾ ਬੋਲ ਦਿੱਤਾ ਚਾਰ ਖੜੇ ਆ ਇਹ ਟੀਮ ਕਹੀ ਆ ਇਹਦੇ ਬਰੂ ਦਾ ਇੱਕ ਕੰਨੀ ਦੇ ਜਿਸਮਾਨੀ ਝੁਮਕਾ ਲਓ ਇੰਤਿਆਰ ਇੰਤਿਆਰ ਤੇ ਪਹਿਲਾ ਜਫਾ ਜਿਹੜਾ ਕੋਲ ਖਾਲੇ ਅੰਮ੍ਰਿਤ ਨੇ ਲਾ ਦਿੱਤਾ ਉਹ ਜਿਹੜੇ ਜਿਹੜੇ ਖਿਡਾਰੀਆਂ ਦੇ ਖੁਸ਼ ਆ ਇੱਕ ਤਾੜੀ ਮਾਰ ਦਿਓ ਵੱਡੀ ਹਰੀ ਕਿਉਂਕਿ ਦੱਸਣ ਦੀ ਲੋੜ ਨਹੀਂ ਦੱਸਣ ਦੀ ਲੋੜ ਨਹੀਂ ਕਿਉਂਕਿ ਸਟਾਰ ਆਏ ਹੋਏ ਆ ਲਓ ਭੂਰੀ ਦੀ ਕਬੱਡੀ ਤੇ ਗੱਲ ਜੋਧਿਆਂ ਵਾਲਾ ਸ਼ਿਵ ਕਰੂਗਾ ਵਾਕਈ ਅੱਜ ਕਹਿੰਦੇ ਆ ਮੇਲਾ ਖਚੋ ਖਚ ਭਰਿਆ ਤੇ ਕੋਈ ਵੀ ਸਟਾਰ ਪਲੇਅਰ ਘਰ ਨਹੀਂ ਬੈਠਾ ਹਰ ਖਿਡੇਰੀ ਆਇਆ ਹੋਇਆ ਪਰ ਆ ਵੀ ਕਬੱਡੀ ਦਾ ਸੁਪਰ ਸਟਾਰ ਹੈ ਪਰ ਜਾਫੀ ਵੀ ਕਹਿੰਦੇ ਖੁੰਖਾਰ ਹੈ ਇਹ ਰਤਨਗੜ ਪਿੰਡ ਦੇ ਸਰਦਾਰ ਜਗਤਾਰ ਸਿੰਘ ਸੰਧੂ ਦਾ ਪੁੱਤ ਮਾਂ ਲਖਵੀਰ ਕੌਰ ਦਾ ਪੁੱਤਰ ਪਰ ਲਖਵਿੰਦਰ ਸਿੰਘ ਪੱਡੇ ਦਾ ਪੁੱਤਰ ਪੂਰੀ ਨੰਬਰ ਜੋੜ ਗਿਆ ਰਤਨਗੜੀਏ ਸੋਢੀ ਨੇ ਟਰਾਈ ਕੀਤੀ ਪਰ ਹਲਕੀ ਜੀ ਸੱਟ ਮਹਿਸੂਸ ਕਰਦਾ ਪਿਆ ਹੈ ਕਬੱਡੀ ਦਾ ਫਾਟਕ ਬੱਬਰ ਸ਼ੇਰ ਉੱਠੋ ਸ਼ੇਰਾ ਭੇਡਾਂ ਬੱਕਰੀਆਂ ਸਾਨਾਂ ਦੇ ਵੱਜਦੀਆਂ ਰਹਿੰਦੀਆਂ ਨੇ ਬੜਕ ਮਾਰ ਸ਼ੇਰਾ ਮੱਖੀਆਂ ਸ਼ੇਰ ਦੇ ਕਿੱਥੋਂ ਬਹਿੰਦੀਆਂ ਨੇ ਮੱਖੀਆਂ ਸ਼ੇਰ ਦੇ ਕਿੱਥੋਂ ਬਹਿੰਦੀਆਂ ਨੇ ਨੰਬਰ ਜਿਹੜਾ ਹੈ ਉਹ ਮੇਰੇ ਵੀਰੋ ਖੱਖਾਂ ਦੀ ਟੀਮ ਦੇ ਵਾਸਤੇ ਜੁੜ ਚੁੱਕਿਆ ਹੈ ਉਹ ਨਿਰਮਲ ਲੋਪੋਕੇ ਵਾਲਾ ਵੀ ਪੁੱਜ ਗਿਆ ਪਹਿਲਾਂ ਮੈਂ ਗੱਲ ਕੀਤੀ ਕਿ ਅੰਮ੍ਰਿਤ ਨੇ ਲੰਡੀ ਜੀਵ ਜੁੱਤੀ ਜਾਫੀ ਬਣ ਕੇ ਤੇ ਲੰਡੀ ਜੀਵ ਕਹਿੰਦੇ ਰੇਡਰ ਬਣ ਕੇ ਨਿਰਮਲ ਨੇ ਜਿੱਤੀ ਸੀ ਕੈਰੋ ਦੇ ਕੱਪ ਤੇ ਨਿਰਮਲ ਲੋਪੋਕੇ ਵਾਲਾ ਵੀ ਪੁੱਜ ਗਿਆ ਅਮਰਤੌਲਖਾਂ ਵਾਲਾ ਹਲੇ ਕਹਿੰਦੇ ਕਬੱਡੀ ਦੇ ਹੋਰ ਖਿਡਾਰੀ ਆਉਣੇ ਬਾਕੀ ਹੈ ਜਿੰਨੇ ਆ ਗਏ ਹੈ ਉਹਨਾਂ ਤੋਂ ਸੰਗਤਾਂ ਖੁਸ਼ ਹੈ ਲਓ ਉਧਰ ਆਪਾਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਕਿਉਂਕਿ ਜਿੱਥੇ ਸੰਗਤ ਹੁੰਦੀ ਹੈ ਉੱਥੇ ਰੱਬ ਵਸਦਾ ਤੇ ਜਿੰਨੇ ਵੀ ਦਰਸ਼ਕ ਵੀਰ ਕਬੱਡੀ ਨੂੰ ਪਿਆਰ ਕਰਦੇ ਆ ਕਬੱਡੀ ਦੇਖਣ ਦੇ ਲਈ ਆਉਂਦੇ ਆ ਇੱਕ ਮਨ ਦੇ ਵਿੱਚ ਅਰਦਾਸ ਜ਼ਰੂਰ ਕਰਿਆ ਕਰੋ ਕਿ ਕਿਸੇ ਵੀ ਖਿਡਾਰੀ ਦੇ ਇਸ ਗੋਲ ਦਾਇਰੇ ਦੇ ਵਿੱਚ ਸੱਟ ਨਾ ਲੱਗੇ ਕਿਸੇ ਵੀ ਖਿਡਾਰੀ ਦੇ ਸੱਟ ਨਾ ਲੱਗੇ ਲਓ ਚੱਕ ਸਿਕੰਦਰ ਵਾਲਾ ਗਲਜਾਰੀ ਕਬੱਡੀ ਪਾ ਰਿਹਾ ਮਲਕੀਤ ਸਿੰਘ ਮਾਪਿਆਂ ਨੇ ਪੂਰਾ ਨਾ ਰੱਖਿਆ ਪਰ ਕਬੱਡੀ ਦੇ ਵਿੱਚ ਗਲਜਾਰੀ ਦੇ ਨਾਲ ਮਸ਼ਹੂਰੀ ਹੋ ਗਈ ਲਓ ਕਬੱਡੀ ਪਈ ਆ ਲਓ ਕਹਿੰਦੇ ਦੋ ਟੱਚ ਡਬਲ ਟੱਚ ਦੋ ਪੈ ਗਏ ਤੇ ਪੁਆਇੰਟ ਗਲਜਾਰੀ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਆ ਇੰਗਲੈਂਡ ਵੀ ਖੇਡਿਆ ਇਹ ਮੇਰੇ ਮਿੱਤਰ ਆਸਟ੍ਰੇਲੀਆ ਦੇ ਕਹਿੰਦੇ ਵੱਡੇ ਕੱਪਾਂ ਤੇ ਖੇਡ ਕੇ ਆ ਇਹ ਨਰਿੰਦਰਪੁਰੀਆ ਸੋਖਾ ਬਾਬਾ ਗੱਜਣ ਸਿੰਘ ਜੀਆਂ ਦੀ ਕਹਿੰਦੇ ਪਾਰ ਕਿਰਪਾ ਰਵੀ ਤੇਜਾ ਸਿੰਘ ਵਾਲਿਆ ਅੱਜ ਦਰਮਦਾਰ ਬੰਦਾ ਪਰ ਚਿੰਮੂ ਵਾਲੀਆ ਗੌਰੀ ਟਰਾਈ ਕਰਦਾ ਤੇ ਪੁਆਇੰਟ ਸੁੱਖਾ ਆਪਣੀ ਟੀਮ ਦੇ ਖਾਤੇ ਜੋੜ ਗਿਆ ਨਰਿੰਦਰਪੁਰੀਆ ਸੋਖਾ ਕਹਿੰਦੇ ਸਾਹ ਧਾਵੀ ਆ ਕਬੱਡੀ ਦਾ ਮੇਰੇ ਵੀਰਿਓ ਜਿਹਨੇ ਨੰਬਰ ਖੱਖਾਂ ਦੇ ਵਾਸਤੇ ਜੋੜ ਦਿੱਤਾ ਹੈ ਰਤਨਗੜੀਆ ਠੀਕ ਹੈ ਵੀਰਿਆ ਰਤਨਗੜੀਏ ਸੋਢੀ ਉੱਤੇ ਆਸ਼ੀਰਵਾਦ ਹੈ ਵੱਡੇ ਮਹਾਪੁਰਸ਼ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਸੱਚਖੰਡ ਵਾਸੀ ਬਾਬਾ ਮੱਖਣ ਸਿੰਘ ਜੀ ਉਹਨਾਂ ਦਾ ਆਸ਼ੀਰਵਾਦ ਹੈ ਤਾਂ ਅਗਲੀ ਕਬੱਡੀ ਕਹਿੰਦੇ ਗੁਰਲਾਲ ਵਾਹ ਹਵੇਲੀਆਂ ਵਾਲਾ ਪਾਉਣ ਦੇ ਵਾਸਤੇ ਵਧੇ ਹੈ ਚਾਰ ਜਾਫੀ ਕਹਿੰਦੇ ਬਿਜਲੀ ਦੀਆਂ ਤਾਰਾਂ ਨੇ ਤੇ ਕੰਨੀਆਂ ਦੇ ਜੋੜ ਨੰਗੇ ਪਏ ਹੈ ਦੋ ਨੰਬਰ ਤੇ ਅਮਨਦੀਪ ਇਹਨੂੰ ਬਿੱਲੀ ਬਿੱਲੀ ਕਹਿੰਦੇ ਹੈ ਲਲੀਆਂ ਵਾਲਾ ਬਿੱਲੀ ਤੇ ਗੁਰਲਾਲ ਦੇ ਦਰਮਿਆਨ ਟੱਕਰ ਹੈ ਸਾਨਾਂ ਦਾ ਭੇੜ ਪਰ ਨੰਬਰ ਕਹਿੰਦੇ ਗੁਰਲਾਲ ਨੇ ਚੋਲਾ ਸਾਹਿਬ ਦੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਲੈ ਵੀ ਰਮਨ ਆ ਮੁੰਡੇਰੀ ਵੱਖੀ ਉੱਤੇ ਇੱਕ ਨਾਂ ਲਿਖਿਆ ਹੋਇਆ ਹੈ ਇਹ ਮੁੰਡਾ ਮਲੇਸ਼ੀਆ ਤੋਂ ਨਾਂ ਲਿਖਾ ਕੇ ਲਾਇਆ ਆਪਣੇ ਜਿਗਰੀ ਯਾਰ ਭੂਰੀ ਪੂਲੇ ਨੰਗਲੀਏ ਦਾ ਇਹ ਹੈ ਕਹਿੰਦੇ ਜਿਗਰੀ ਯਾਰ ਸਾਜਨ ਬਾਬੇ ਬਕਾਲੇ ਵਾਲਾ ਤੇ ਕਰ ਗੱਭਰੂ ਦੀ ਗੱਲ ਸਾਜਨ ਕਬੱਡੀ ਪਾ ਰਿਹਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਹੈ ਆ ਭੁੱਲਰ ਪਰਿਵਾਰ ਦਾ ਸਾਜਨ ਕਬੱਡੀ ਪਾ ਰਿਹਾ ਚਾਰਾਂ ਦੇ ਵਿੱਚੋਂ ਲਾਲਪੁਰੀਆ ਰਾਜੂ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਆ ਕਿਉਂਕਿ ਰਾਜੂ ਦੀ ਬੜੀ ਚੜਾਈ ਆ ਲਾਲਪੁਰ ਨਗਰ ਕਦੇ ਸਿਆਸਤ ਦੀ ਦੁਨੀਆ ਦੇ ਵਿੱਚ ਅਰਸ਼ਾਂ ਤੱਕ ਰਿਹਾ ਅੱਜ ਕੱਲ੍ਹ ਕਹਿੰਦੇ ਕਬੱਡੀ ਦੇ ਵਿੱਚ ਲਾਲਪੁਰੀਆ ਮੰਨਾ ਤੇ ਰਾਜੂ ਲਾਲਪੁਰ ਨਗਰ ਨੂੰ ਉਹਨਾਂ ਉਚਾਈਆਂ ਤੇ ਲੈ ਕੇ ਗਏ ਆ ਲਓ ਗੁਰਜੀਤ ਸਿੰਘ ਇਹ ਛੋਟੇ ਕੱਦ ਦਾ ਖਿਡਾਰੀ ਆ ਚੜ੍ਹਦੀ ਜੀ ਬਰੇਸ ਆ ਗੱਲ ਦੇ ਵਿੱਚ ਗਾਨੀ ਆ ਚੜ੍ਹਦੀ ਜਵਾਨੀ ਦੀ ਨਿਸ਼ਾਨੀ ਆ ਲਓ ਗੁਰਜੀਤ ਸਿੰਘ ਕਬੱਡੀ ਭਾ ਰਹੀ ਆ ਇੱਕ ਕੰਨੀ ਦੇ ਲਓ ਮੇਰੇ ਮਿੱਤਰ ਕਨੇਡਾ ਦੇ ਵੱਡੇ ਕੱਪ ਦਾ ਬਸ ਜਾਫੀ ਆ ਲਓ ਫਰਿਆਦ ਲਓ ਫਰਿਆਦ ਇਹਨੂੰ ਜਿਸਮਾਨੀ ਚੁੱਬਕ ਕਹਿੰਦੇ ਆ ਲਓ ਫਰਿਆਦ ਦੇ ਨਾਲ ਟੱਕਰ ਇੰਦਰਜੀਤ ਭੱਜ 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 ਵਾਹ ਓਏ ਗੱਭਰੂਆ ਐ ਟੀ
ਲਾ ਕੇ ਲੈ ਗਿਆ ਵਾਕਿਆ ਇੰਦਰਜੀਤ ਸਿੰਘ ਮਿਹਨਤਾਂ ਨਾਲ ਟੁੱਟਦੇ ਰਿਕਾਰਡ ਹੁੰਦੇ ਆ ਪਾਣੀ ਵਿੱਚ ਕਦੇ ਨਹੀਂ ਜਾਂਦਾ ਪਕੌੜਾ ਤੱਲਿਆ ਉਹ ਪੱਥਰਾਂ ਦਾ ਸੀਨਾ ਪਾੜ ਉਹ ਉੱਗ ਜਾਂਦੇ ਨੇ ਜਿਨ੍ਹਾਂ ਵਿੱਚ ਉੱਗਣੇ ਦਾ ਹੁੰਦਾ ਹੈ ਜਨੂਨ ਮੱਲਿਆ ਫਰਿਆਦ ਤੋਂ ਕਹਿੰਦੇ ਇੰਦਰਜੀਤ ਡਿਡਵਿੰਡੀ ਨੰਬਰ ਖੋ ਕੇ ਲੈ ਗਿਆ ਤੇ ਆ ਗਿਆ ਜਰਮਨ ਜੀਤ ਲੱਡਾ ਤੇ ਦੂਸਰੇ ਪਾਸੇ ਬਖਤਾਵਰ ਸੌਂਦਾ ਬਚਿੱਤਰ ਸੌਂਦਾ ਪੁੱਤ ਇਹ ਹਰਮਨ ਜਲਾਲ ਉਹ ਪਾਓ ਜਲਾਲ ਪਾਓ ਜਲਾਲਪੁਰੀਆ ਇਹ ਜਲਾਲਪੁਰ ਲੋਹੀਆਂ ਵਾਲਾ ਨੀ ਇਹ ਮਜੀਠੇ ਦੇ ਏਰੀਏ ਦਾ ਕਹਿੰਦੇ ਜਲਾਲਪੁਰੀਆ ਹਰਮਨ ਆ ਕੌਣ ਆ ਗਿਆ ਚੌੜੀ ਛਾਤੀ ਗੱਭਰੂ ਦੀ ਉੱਤੇ ਮੰਜੀ ਡੈਂਦੀ ਰਮਨ ਸਿਆ ਤਾਬੇ ਨੂੰ ਦੁਨੀਆ ਚੀਤਾ 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 ਕਹਿੰਦੀ ਦਸਰ ਸਿੰਘੀਆ ਪ੍ਰਤਾਪ ਸਿੰਘ ਕਬੱਡੀ ਭਾ ਰਿਹਾ ਇਹ ਕਹਿੰਦੇ ਪਹਿਲਵਾਨਾਂ ਦੇ ਨਗਰ ਨੂੰ ਬਲੰਗ ਕਰਦਾ ਇਹਨੇ ਸ਼ੁਰੂ ਸ਼ੁਰੂ ਦੇ ਵਿੱਚ ਪਹਿਲਵਾਨੀ ਵੀ ਕੀਤੀ ਤੇ ਹੌਲੀ ਹੌਲੀ ਕਬੱਡੀ ਵਾਲੇ ਪਾਸੇ ਆ ਗਿਆ ਲਾਤਾਬਾ ਤੇ ਗੋਲਾ ਸਦਮਾ ਵਾਲਾ ਪ੍ਰਤਾਪਾ ਕਹਿੰਦੇ ਕਬੱਡੀ ਦਾ ਵੱਡਾ ਮਾਲਾ ਲਾਠਵਾਲਾ ਦੀ ਧਰਤੀ ਆ ਮਹਾਵੀਰ ਸਿੰਘ ਮਾਪਿਆਂ ਨੇ ਪੂਰਾ ਨਾਂ ਰੱਖਿਆ ਤੇ ਕਬੱਡੀ ਦੇ ਵਿੱਚ ਮਹਾਵੀਰ ਰਥਵਾਲ ਦੇ ਨਾਲ ਮਸ਼ਹੂਰੀ ਹੋਈ ਮਾਣ ਸਨਮਾਨ ਦੇ ਵਿੱਚ ਕਹਿੰਦੇ ਵੱਡੀ ਗੱਡੀ ਮਿਲੀ ਆ ਇਹ ਕੈਨੇਡਾ ਦੇ ਵੱਡੇ ਕੱਪ ਖੇਡਦਾ ਲਾਠਵਾਲਾ ਦੇ ਮਹਾਵੀਰ ਦੀ ਕਬੱਡੀ ਤੇ ਤੇਜਾ ਸਿੰਘ ਵਾਲੇ ਪਿੰਡ ਦਾ ਗੋਪੀ ਇਹ ਪਲਾ ਸੌਰ ਲੰਘ ਕੇ ਇਹ ਤੇਜਾ ਸਿੰਘ ਵਾਲਾ ਬਾਕੀਪੁਰ ਦੇ ਲਾਗੇ ਕਰਕੇ ਤੇਜਾ ਸਿੰਘ ਵਾਲਾ ਪਿੰਡ ਹੈ ਇਸ ਨਗਰ ਨੂੰ ਬਲੌਕ ਕਰਦਾ ਅਗਲੀ ਪੈਂਦੀ ਕਬੱਡੀ ਤੇ ਜੋਧੇ ਵਾਲਿਆ ਚੱਕ ਮੈਗਾ ਤੇ ਆ ਜਾ ਉੱਥੇ ਹੀ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੜਾ ਤੇਜ਼ ਤਰਾਰ ਧਾਵੀ ਹੈ ਮੇਰੇ ਵੀਰਿਓ ਨੌਜਵਾਨ ਦੇ ਬੜੇ ਚਰਚੇ ਨੇ ਇਹਨੇ ਚੋਲਾ ਸਾਹਿਬ ਵੱਲੋਂ ਅਗਲੀ ਧਾਵਾ ਬੋਲਿਆ ਕਬੱਡੀ ਪਾਉਣ ਦੇ ਵਾਸਤੇ ਦਮ ਭਰਿਆ ਚਾਰ ਜਾਫੀ ਕਹਿੰਦੇ ਮਾਵਾਂ ਨੇ ਬੱਬਰ ਸ਼ੇਰ ਬਿਲਕੁਲ ਤਿਆਰ ਵਰ ਤਿਆਰ ਨੇ ਉਹ ਦੋ ਨੰਬਰ ਤੋਂ ਖੱਖ ਪਿੰਡ ਦਾ ਇਹ ਹੈ ਹੈਪੀ ਹੈਪੀ ਤੇਰੇ ਤਿੰਨ ਜਫਿਆਂ ਤੇ ਸਰਦਾਰ ਸੁਖਜਿੰਦਰ ਸਿੰਘ ਮਸਕਟ ਤੋਂ ਲਾਈਵ ਜੁੜੇ ਹੈ ਉਹਨਾਂ ਨੇ ਕਹਿ ਦਿੱਤਾ ਕਿ 1000 ਦੇ ਮਾਨ ਸਨਮਾਨ ਕਰਾਂਗੇ ਹੈਪੀ ਦੇ ਤਿੰਨ ਜਫਿਆਂ ਤੇ 1000 ਦੇ ਮਾਨ ਸਨਮਾਨ ਹੋਣਗੇ ਸੁਖਜਿੰਦਰ ਮਸਕਟ ਤੋਂ ਲਾਈਵ ਜੁੜੇ ਹੈ ਖੁਸ਼ ਠਵਾਲਾ ਵਾਲਾ ਪੁੱਜਿਆ ਖੁਸ਼ ਵੀਰ ਜੀ ਧੰਨਵਾਦ ਪਰ ਇੱਕ ਬੇਨਤੀ ਹੈ ਕਿ ਜਿਹੜੇ ਪਲੇਅਰ ਜਿਹਨਾਂ ਐਕਟਿਵ ਦੇ ਵਿੱਚ ਨਹੀਂ ਹੈ ਉਹਨਾਂ ਨੂੰ ਆਪਾਂ ਬੇਨਤੀ ਕਰਕੇ ਆਪਣੇ ਲਾਗੇ ਵੀਰਾਂ ਨੂੰ ਬਿਠਾ ਲਈਏ ਜਿਹੜੇ ਵੀਰ ਐਕਸ਼ਨ 'ਚ ਹੈ ਉਹ ਖੇਡ ਸਕਦੇ ਹੈ ਜਿਹੜੇ ਐਕਟਿਵ ਨਹੀਂ ਹੈ ਇੱਕ ਸਾਈਡ ਤੋਂ ਇਹਨਾਂ ਪਿੱਛੋਂ ਵੀਰਾਂ ਦੀ ਮੰਗ ਆ ਰਹੀ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਆ ਪੱਟੀ ਵਾਲਾ ਮੇਰੇ ਵੀਰਿਓ ਚੜਤ ਪੱਟੀ ਤੇ ਦੂਸਰੇ ਪਾਸੇ ਫਰਿਆਦ ਸ਼ਕਰਪੁਰੀਆ ਫਰਿਆਦ ਦੇ ਚੜਤ ਵਾਓ ਚੜਤ ਚੜਤ ਦੀ ਬੜੀ ਚੜਾਈ ਆ ਇਹ ਚੜਤਾ ਇਹ ਅੜੇ ਫਸੇ ਮੈਚਾਂ ਦੇ ਵਿੱਚ ਦੋ ਦੋ ਕਬੱਡੀਆਂ ਪਾਉਣ ਦਾ ਦਮ ਰੱਖਦਾ ਪਰ ਨਰਿੰਜਨਪੁਰੀ ਉਹ ਸੁੱਖ ਨੂੰ ਦੁਨੀਆ ਸਾਣ ਵੀ ਕਹਿੰਦੀ ਆ ਲਾ ਸਾਣ ਦੀ ਕਬੱਡੀ ਭਾਰੀ ਆ ਉਧਰ ਰਤਨਗੜੀਆ ਛੋਟੀ ਟਰਾਈ ਕਰਦਾ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ ਲਾ ਚੱਕ ਸਿਕੰਦਰ ਪਿੰਡ ਵਾਲਾ ਗਜਾਰੀ ਕਬੱਡੀ ਭਾ ਰਿਹਾ ਇਹ ਬਲਰਾਜ ਬੱਲੇ ਦਾ ਪਿੰਡੂ ਆ ਇਹ ਬਲਰਾਜ ਬੱਲੇ ਦਾ ਪਿੰਡੂ ਆ ਇਹ ਸਰਪੰਚ ਬੱਲੇ ਦਾ ਪਿੰਡੂ ਕਬੱਡੀ ਭਾ ਰਿਹਾ ਲਾ ਕਬੱਡੀ ਲਾ ਖੇਡ ਦੇ ਮੈਦਾਨ ਦੇ ਵਿੱਚ ਲੱਲੀਆਂ ਵਾਲਾ ਪਿੱਲੀ ਲਾ ਪਿੱਲੀ ਦੇ ਗਲਜਾਰੀ ਚੋਰ ਲੱਗਿਆ ਬੱਲੇ 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 ਤਾੜੀ ਮਾਰਦੇ ਸਵਾਦ ਆ ਰਿਹਾ ਦੇ ਇੱਕ ਤਾੜੀ ਮਾਰ ਦਿਓ ਗਲਜਾਰੀ ਨੇ ਕਹਿੰਦੇ ਪੁਆਇੰਟ ਹੱਥਾਂ ਦੇ ਵਿੱਚੋਂ ਖੋਲਿਆ ਪੁਆਇੰਟ ਹੱਥਾਂ ਦੇ ਵਿੱਚੋਂ ਖੋਲਿਆ ਲਾ ਜੋਧਿਆ ਵਾਲਾ ਚੱਕ ਮੈਂ ਗਾ ਤੇ ਕਰ ਗੱਲ ਲਾ ਅਗਲੀ ਕਬੱਡੀ ਕਹਿੰਦੇ ਫੇਰ ਸਾਜਨ ਆ ਗਿਆ ਬਾਬੇ ਬਕਾਲੇ ਦੀ ਧਰਤੀ ਦਾ ਮੇਰੇ ਵੀਰਿਓ ਮਾਂ ਲਵਪ੍ਰੀਤ ਕੌਰ ਦੀਆਂ ਅੱਖੀਆਂ ਦਾ ਤਾਰਾ ਇਹ ਆ ਸਾਜਨ ਦੇ ਦੂਸਰੇ ਪਾਸੇ ਕਬੱਡੀ ਦਾ ਫਾਟਕ ਰਤਨਗੜ ਪਿੰਡ ਮਸ਼ਹੂਰ ਕੀਤਾ ਕਿ ਰਤਨਗੜ ਦਾ ਨਾਂ ਮੁੰਡੇ ਨੇ ਚਮਕਾਇਆ ਪੂਰਾ ਜਿਹੜੇ ਰੇਡਰ ਨੂੰ ਫੜ ਲੈਂਦਾ ਕਰਕੇ ਰੱਖ ਦਿੰਦਾ ਏ ਦੂਰਾ ਔਰ ਰਤਨਗੜੀਆ ਸੋਡੀ ਕਮਾਲ ਕਮਾਲ ਪਾਓ ਬੱਬਰ ਸ਼ੇਰਾ ਔਰ ਰਤਨਗੜ ਦਾ ਕਹਿੰਦੇ ਫਾਟਕ ਲੱਗ ਚੁੱਕਿਆ ਹੈ ਇਹ ਆ ਰਤਨਗੜੀਆ ਸੋਡੀ ਅਗਲੀ ਕਬੱਡੀ ਗੁਰਲਾਲ ਚਾਰ ਜਾਫੀ ਤਿਆਰ ਨੇ ਇੱਕ ਪਾਸੇ ਕਹਿੰਦੇ ਜਸ ਚੌੜੇ ਮਧਰੇ ਪਿੰਡ ਦਾ ਕਹਿੰਦੇ ਕੰਨੀ ਤੇ ਆਣ ਕੇ ਖੜ ਗਿਆ ਦੂਜੀ ਕੰਨੀ ਤੇ ਸੰਧਵਾ ਪਿੰਡ ਦਾ ਗੋਲਾ ਦੋ ਨੰਬਰ ਤੇ ਥੱਖਾਂ ਵਾਲੇ ਭਰਾ ਖੜ ਗਏ ਹੈ ਬੰਮੂ ਸਰਦੂਲ ਸਿੰਘ ਦਾ ਪੁੱਤ ਹੈਪੀ ਬਲਦੇਵ ਸਿੰਘ ਦਾ ਪੁੱਤ ਆਇਆ ਕਲਵੰਤ ਸਿੰਘ ਦਾ ਭਤੀਜਾ ਪਰ ਗੁਰਲਾਲ ਦੀ ਉਂਗਲ ਖੜੀ ਹੈ ਕਿ ਨੰਬਰ ਰੇਡਰ ਦਾ ਅਗਲੀ ਕਬੱਡੀ ਜਰਮਨਜੀਤ ਲੱਡੇ ਦੀ ਤੇ ਚੱਬੇ ਵਾਲਾ ਗੱਲ ਕਰੂ ਜਰਮਨਜੀਤ ਸਿੰਘ ਲੱਡਾ ਬੱਲਪੁਰੀ ਆ ਕਬੱਡੀ ਭਾ ਰਿਹਾ ਆ ਜਰਮਨਜੀਤ ਸਿੰਘ ਨਾਮ ਆ ਪਿਆਰ ਦੇ ਨਾਲ ਲੱਡਾ ਕਹਿੰਦੇ ਆ ਬੱਲਪੁਰ ਦੇ ਪਿੰਡ ਆ ਕਬੱਡੀ ਪੈ ਗਈ ਆ ਵੀ ਤੇ
ਟਿੱਕਾ ਸਿੰਘ ਵਾਲਿਆ ਧਰਮਦਾਰ ਵੱਡਾ ਪਰ ਤਿੰਮੋਵਾਲੀਆ 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 ਪਰ ਪਾਈ ਤੇ ਵਿਕਰਮਜੀਤ ਸਿੰਘ ਪੰਡੇਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਆਇਆ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਆ ਲਓ ਕਿੰਤੂ ਪਰੰਤੂ ਵੀ ਆ ਕਿੰਤੂ ਪਰੰਤੂ ਵੀ ਆ ਐਦਾ ਸਵਾਦ ਵੱਜਿਆ ਪਿਆ ਕਿਉਂਕਿ ਇੱਕ ਪਾਸੇ ਟੀਮ ਇਸੇ ਨਗਰ ਦੀ ਆ ਤੇ ਦੂਜੇ ਪਾਸੇ ਚੋਲਾ ਸਾਹਿਬ ਦੀ ਟੀਮ ਹੈ ਜੇ ਕਹਿ ਲਈਏ ਨਾ ਯੋਧਿਆਂ ਵਾਲਿਆ ਅੰਮ੍ਰਿਤਸਰ ਤੇ ਤਰਨ ਤਾਰਨ ਦੀ ਟੱਕਰ ਹੈ ਅੰਮ੍ਰਿਤਸਰ ਤੇ ਤਰਨ ਤਾਰਨ ਦੀ ਟੱਕਰ ਹੈ ਅਗਲੀ ਕਬੱਡੀ ਕਿਸ ਖਿਡਾਰੀ ਨੇ ਪਾਉਣੀ ਆ ਕਿਸ ਖਿਡਾਰੀ ਨੇ ਪਾਉਣੀ ਆ ਇੰਤਜ਼ਾਰ ਜਿਹੜਾ ਵੱਧਦਾ ਜਾ ਰਿਹਾ ਇਹ ਪੁਆਇੰਟ ਦਾ ਫੈਸਲਾ ਜਿਹੜਾ ਅਜੇ ਤੱਕ ਹੋਇਆ ਨਹੀਂ ਲੱਗਦਾ ਜਿਹੜਾ ਅਗਲਾ ਮੈਚ ਸ਼ੋਅ ਮੈਚ ਮੁੰਡਿਆਂ ਦਾ ਹੋਣਾ ਹੈ ਉਹ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਏ ਜਿਹੜੇ ਆਉਣ ਵਾਲੇ ਸਮੇਂ ਦੇ ਖੱਖਾ ਪਿੰਡ ਦੇ ਗੱਭਰੂ ਹੈ ਉਹ ਵੀ ਆਪਣੀ ਤਿਆਰੀ ਕਰਕੇ ਗਰਾਊਂਡ ਵੱਲ ਆ ਜਾਣ ਜਿਹੜਾ ਸ਼ੋਅ ਮੈਚ ਹੋਵੇਗਾ ਆ ਦੂਸਰਾ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ ਸੈਮੀਫਾਈਨਲ ਮੈਚ ਕਾਹਦਾ ਉਹ ਸਰਾਈ ਹੁੰਦਾ ਪਿਆ ਦੂਜਾ ਸੈਮੀ ਸਰਲੀ ਪਿੰਡ ਤੋਂ ਸੰਗਤ ਆਈ ਹੋਈ ਹੈ ਗੋਗੀ ਤੇ ਸਿਮਰ ਲੋਣੀ ਬੜੇ ਪਿਆਰੇ ਵੀਰ ਹੈ ਉਹਨਾਂ ਦਾ ਵੀ ਕਬੱਡੀ ਵਿੱਚ ਨਾਮ ਰਿਹਾ ਹੈ ਨਾਲ ਜਿੰਨੇ ਵੀ ਉਹਨਾਂ ਦੇ ਪਿੰਡ ਵਾਸੀ ਆਏ ਆ ਧੰਨਵਾਦ ਏਕਲ ਗੱਡੇ ਤੋਂ ਸੰਗਤ ਆਈ ਹੈ ਤਖਤੂ ਚੱਕ ਤੋਂ ਤਿੰਮੋਵਾਲ ਤੋਂ ਜਿੰਨੀ ਵੀ ਸੰਗਤ ਆਈ ਸਾਰਿਆਂ ਦਾ ਧੰਨਵਾਦ ਉਹ ਪਲੇਅਰ ਕਹਿੰਦੇ ਚਾਰ ਨੇ ਜਾਫੀ ਇਸ ਵਕਤ ਖੱਖਾਂ ਦੀ ਟੀਮ ਦੇ ਤੇ ਰੇਡ ਕਹਿੰਦੇ ਇੰਦਰਜੀਤ ਢਿਡਵਿੰਡੀ ਤੇ ਆ ਹੈ ਨੌਜਵਾਨ ਪਲਵਿੰਦਰ ਸੋਹਣਾ ਪੁੱਤ ਜਸ ਚੌੜੇ ਮਧਰਿਆਂ ਦਾ ਪਰ ਇੰਦਰਜੀਤ ਢਿਡਵਿੰਡੀ ਨੰਬਰ ਦਾ ਵਾਧਾ ਕਰ ਗਿਆ ਹੈ ਮਹਾਵੀਰ ਜਾਂ ਭੂਰੀ ਦੋ ਖਿਡਾਰੀ ਕਹਿੰਦੇ ਸੁਪਰ ਡੁਪਰ ਨੇ ਪਰ ਭੂਰੀ ਕਹਿੰਦਾ ਮਹਾਵੀਰ ਸਿਆ ਮੇਰਾ ਜੀ ਕਰਦਾ ਧਾਵਾ ਬੋਲਣ ਨੂੰ ਤੇ ਮਹਾਵੀਰ ਨੇ ਥਾਪੀ ਦੇ ਕੇ ਘੱਲਿਆ ਚੱਲ ਵੀ ਭੂਰੀ ਸਿਆ ਹੋ ਤਗੜਾ ਨੌਜਵਾਨਾਂ ਚਾਰ ਜਾਫੀਆਂ ਵਿੱਚ ਕਹਿੰਦੇ ਹਰਮਨ ਤੇ ਨਾਲ ਗੋਪੀ ਫੈਸਲਾ ਪੰਧੇਰ ਵਾਲੇ ਪਿੱਕੇ ਦਾ ਕਿ ਨੰਬਰ ਸਟੋਪਰ ਦਾ ਮੇਰੇ ਵੀਰਿਓ ਤੇਜਾ ਸਿੰਘ ਵਾਲੇ ਗੋਪੀ ਪਰ ਹਰਮਨ ਨੇ ਹਲਕੀ ਜੀ ਪੁੱਛ ਲਾ ਕੇ ਰੇਡਰ ਨੂੰ ਬਾਹਰ ਕਰ ਦਿੱਤਾ ਤੇ ਨੰਬਰ ਜਾਫੀ ਦਾ ਚੋਲੇ ਸਾਹਿਬ ਦਾ ਉਹ ਪ੍ਰਤਾਪ ਆ ਗਿਆ ਲਓ ਪ੍ਰਤਾਪ ਸਿੰਘ ਕਬੱਡੀ ਪਾ ਰਿਹਾ ਲਓ ਤਾਬਾ ਹੱਸਦਾ ਆਉਂਦਾ ਤਾਬਾ ਹੱਸਦਾ ਆਉਂਦਾ ਲਓ ਤਾਬੇ ਦੀ ਕਬੱਡੀ ਪਾ ਰਹੀ ਆ ਲਓ ਸੁਰ ਸਿੰਘ ਨਗਰ ਭਲਵਾਨਾਂ ਦਾ ਮਹਾਬਲੀ ਜਵਾਨਾਂ ਦਾ ਲਓ ਸੁਰ ਸਿੰਘ ਨਗਰ ਭਲਵਾਨਾਂ ਦਾ ਪਰ ਔਲਖਾ ਵਾਲਾ ਔਲਖਾ ਵਾਲਾ ਚੱਕੇ ਜਾਮ ਕਰ ਗਿਆ ਔਲਖਾ ਚੱਕੇ ਜਾਮ ਕਰ ਗਿਆ ਕਿਉਂਕਿ ਜੱਫੇ ਉਧਰ ਵੀ ਲੱਗ ਰਿਹਾ ਜੱਫੇ ਉਧਰ ਵੀ ਲੱਗ ਰਿਹਾ ਲਓ ਕਬੱਡੀ ਨਰਿੰਜਨਪੁਰੀਏ ਸੁੱਖ ਦੀ ਪੈ ਰਹੀ ਆ ਲਓ ਨਰਿੰਜਨਪੁਰੀਏ ਸੁੱਖ ਦੀ ਕਬੱਡੀ ਸੁੱਖ ਨੇ ਵੱਧ ਕੇ ਧਾਵਾ ਬੋਲਿਆ ਚਾਰ ਖੜੇ ਆ ਚੋਲਾ ਸਾਹਿਬ ਦੀ ਟੀਮ ਦੇ ਇੱਕ ਪਾਸੇ ਗੋਪੀ ਲਓ ਤੇਜਾ ਸਿੰਘ ਵਾਲੇ ਪਿੰਡ ਦਾ ਪਰ ਸੁੱਖਾ ਕਹਿੰਦੇ ਇੱਕ ਤਕੜੇ ਪਿੰਡ ਦਾ ਵਾਧਾ ਕਰ ਗਿਆ ਲਓ ਅਗਲੀ ਕਬੱਡੀ ਮਨਜਿੰਦਰ ਦੀ ਤੇ ਕੱਲ ਜੋਧਿਆਂ ਵਾਲਾ ਸ਼ਿਵ ਕਰੂਗਾ ਲਓ ਮਨਜਿੰਦਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਧਿਆ ਮਨਜਿੰਦਰ ਚੋਲੇ ਸਾਹਿਬ ਦੀ ਤਰਫ ਧਾਵਾ ਬੋਲਿਆ ਚਾਰ ਜਾਫੀ ਇੱਕ ਪਾਸੇ ਅੰਮ੍ਰਿਤ ਜਿਹਨੇ ਆਪਣੇ ਪਿਤਾ ਜੀ ਦੀ ਫੋਟੋ 45,000 ਰੁਪਇਆ ਲਾ ਕੇ ਬਣਾਈ ਹੈ ਸਰਦਾਰ ਦਰਸ਼ਨ ਸਿੰਘ ਦਾ ਪੁੱਤ ਟਰਾਈ ਕਰਦਾ ਅੰਮ੍ਰਿਤ ਪਰ ਨੰਬਰ ਮਨਜਿੰਦਰ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਕਹਿੰਦੇ ਮਹਾਵੀਰ ਅਠਵਾਲ ਇਹਨੂੰ ਮੰਨੂ ਆਸਟ੍ਰੇਲੀਆ ਵਾਲੇ ਨੇ ਤੇ ਗੁੱਗੂ ਭਲਵਾਨਪੁਰੀਏ ਨੇ ਮੇਰੇ ਪੰਜਾਬੀ ਵੀਰੋ ਦੇ ਕੇ ਸਕਾਰਪੀਓ ਗੱਡੀ ਦੇ ਕੇ ਵੱਡਾ ਮਾਣ ਕੀਤਾ ਤੇ ਨੌਜਵਾਨ ਨੂੰ ਢਡਿਆਲੇ ਨੱਕ ਤੋਂ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨ ਕੀਤੇ ਗਏ ਹੈ ਮਹਾਵੀਰ ਅਠਵਾਲ ਇੱਕ ਹੋਰ ਨੰਬਰ ਦਾ ਵਾਧਾ ਕਰ ਗਿਆ ਹੈ ਅਗਲੀ ਕਬੱਡੀ ਬਾਜਾਂ ਵਾਲੇ ਦਾ ਬਾਜ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕਾਮ ਤੋਂ 7 ਵਾਰ ਕੇ ਕਹਿਣਾ ਭਾਣਾ ਮੀਠਾ ਲਾਗੇ ਤੇਰਾ ਸਰਬੰਸ ਦਾਨੀਆਂ ਵੇ ਤੇਰਾ ਕੌਣ ਦਊਗਾ ਦੇਣਾ ਸਰਬੰਸ ਦਾਨੀਆਂ ਵੇ ਤੇਰਾ ਕੌਣ ਦਊਗਾ ਦੇਣਾ ਸਰਦਾਰ ਪੱਟੀ ਵਾਲਾ ਪਰ ਖਖਾਲੇ ਦੇ ਧੱਕੇ ਚੜ ਗਿਆ ਖਖਾਲੇ ਦੇ ਧੱਕੇ ਚੜ ਗਿਆ ਖਖਾਲੇ ਨੇ ਕਹਿੰਦੇ ਇੱਕ ਤਗੜੇ ਪੈਣ ਦਾ ਵਾਧਾ ਕਰ ਦਿੱਤਾ ਬੰਬੂ ਨੇ ਕਹਿੰਦੇ ਤਗੜੇ ਪੈਣ ਦਾ ਵਾਧਾ ਕਰ ਦਿੱਤਾ ਸੁਖਜਿੰਦਰ ਮਸਕਟ ਤੋਂ ਜੁੜਿਆ ਕਹਿੰਦਾ ਬੰਬੂ ਦੇ 3 ਜੱਫਿਆਂ ਤੇ 500 ਦਾ ਮਾਣ ਹੋਵੇਗਾ ਹੈਪੀ ਦੇ ਜੱਫਿਆਂ ਦੇ 3 ਜੱਫਿਆਂ ਤੇ ਵੀ ਮੇਰੇ ਵੀਰੋ 1,000 ਦੇ ਮਾਣ ਮਸਕਟ ਵਾਲੇ ਸੁਖਜਿੰਦਰ ਭਰਾ ਨੇ ਕਰਨੇ ਹੈ ਉਹ ਭੂਰੀ ਦੀ ਰੇਡ ਤੇ ਫੈਸਲਾ ਵਿਕਰਮਜੀਤ ਦਾ ਕਿ ਨੰਬਰ ਰੇਡਰ ਦਾ ਕਿ ਤੂੰ IPL ਦੇਖਣ ਦੀ ਸ਼ਕੀਨ ਕੁੜੀਏ ਅਸੀਂ ਕਬੱਡੀ ਦੇ ਕੱਪ ਦੇਖੀ ਦੇ ਤੂੰ ਆਨਲਾਈਨ ਰਹਿੰਦੀ ਹੈ Facebook WhatsApp ਉੱਤੇ ਅਸੀਂ ਗਰਾਊਂਡਾਂ ਵਿੱਚ ਜਾ ਕੇ ਪਿੰਡੇ ਸੇਕੀ ਦੇ ਤੂੰ ਲਾਈਕ
ਕਰਦੀਆਂ ਲੰਮੇ ਛਿੱਕੇ ਨੂੰ ਜੱਟ ਸ਼ੌਂਕੀਆਂ ਜਫੇ ਨਰਾਲੇ ਦਾ ਜੇ ਤੂੰ ਫੈਨ ਹੈ ਮਹਿੰਦਰ ਸਿੰਘ ਧੋਨੀ ਦੀ ਉਹ ਜੱਟ ਫੈਨ ਹੈ ਜਲਾਲਪੁਰ ਦੇ ਪਾਲੇ ਦਾ ਗਲਜਾਰੀ ਡੱਕਿਆ ਹੈਪੀ ਨੇ ਗਲਜਾਰੀ ਡੱਕਿਆ ਆ ਹੈਪੀ ਨੇ ਗਲਜਾਰੀ ਡੱਕਿਆ ਆ ਕਿੰਤੂ ਪਰੰਤੂ ਵੀ ਆ ਥੋੜੀ ਕਿੰਤੂ ਪਰੰਤੂ ਵੀ ਆ ਤਕੜਾ ਛੋਟੀ ਅੰਗਰੇਜ਼ ਸਿੰਘ ਜੀ ਨੇ ਜੇ ਦੋ ਜਫੇ ਹੋਰ ਲੱਗਦੇ ਆ ਸੁਖਜਿੰਦਰ ਸਿੰਘ ਮਸਕਟ ਤੋਂ 1000 ਦੇ ਮਾਣ ਦੇਣਗੇ ਮਾਤਾ ਬਲਜੀਤ ਕੌਰ ਜੀ ਖਾਲਸਾ ਉਹਨਾਂ ਦੀ ਤਰਫੋਂ ਹੈਪੀ ਦੇ ਵਾਸਤੇ 100 ਰੁਪਏ ਦਾ ਮਾਣ ਸਰਪੰਚ ਸਰਬਜੀਤ ਸਿੰਘ ਜੀ ਸੱਬੀ ਉਹਦਾ ਬੇਟਾ ਮਹਿਕ ਕੈਨੇਡਾ ਤੋਂ 200 ਰੁਪਏ ਦੇ ਮਾਣ ਹੈਪੀ ਦੇ ਵਾਸਤੇ ਲਾਡੀ ਦਾ ਵੀ ਪੈਸੇ ਫੜਦਾ ਹੈਪੀ ਤੇਰੇ ਭਰਾ ਨੇ ਕਹਿੰਦੇ ਕਮਾਲ ਕੀਤੀ ਹੈ ਪਰ ਆ ਮੁੰਡਾ ਕਬੱਡੀ ਦੇ ਘੋੜੇ ਦੀ ਕਬੱਡੀ ਘੋੜਾ 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 ਤੇ ਘੋੜਾ ਹੀ ਆ ਘੋੜਾ ਤੇ ਘੋੜਾ ਹੀ ਆ ਘੋੜਾ ਰਮਨ ਸਿਆ ਘੋੜਾ ਤੇ ਮੁੱਛ ਸਾਂਭਣੀ ਕਿਸੇ ਜਣੇ ਖਣੇ ਦੇ ਵਸ ਦਾ ਖੇਲ ਨਹੀਂ ਹੈ ਘੋੜਾ ਕਹਿੰਦੇ ਨੌਜਵਾਨ ਟਰਾਈ ਕਰਦਾ ਹੈ ਪਰ ਜਿਹਨੇ ਟਰਾਈ ਕੀਤੀ ਹੱਥ ਉਹਦੇ ਵੀ ਬੜੇ ਪੱਕੇ ਹੈ ਪਰ ਘੋੜਾ ਤਾਂ ਜਿੱਦਾਂ ਰਮਨ ਨੇ ਕਿਹਾ ਘੋੜਾ ਹੈ ਪਰ ਗੁਰਲਾਲ ਤਾਂ ਗੁਰਲਾਲ ਹੈ ਲੈ ਗੁਰਲਾਲ ਦੀ ਕਬੱਡੀ ਪਾ ਰਹੀ ਆ ਇਹ ਕਦੇ ਪਿੰਡ ਪੱਧਰ ਖੇਡਦਾ ਰਿਹਾ ਫਿਰ ਕਹਿੰਦੇ ਸੁਰ ਸਿੰਘ ਵੱਲੋਂ ਖੇਡਿਆ ਲਾ ਅੱਖਾਂ ਵਾਲੇ ਨੇ ਬੜੀ ਚੜ੍ਹਾਈ ਆ ਲਾ ਕਹਿੰਦੇ ਤਜਰਬਾ ਬੜਾ ਗੁਰਲਾਲ ਨੂੰ ਉਹ ਕਹੇ ਗੁਰਲਾਲ ਕਿਰਪਾ ਰਹੀ ਇਹ ਸਾਰੇ ਯਾਦ ਕਲੱਬ ਘੱਲਾਂ ਵੱਲੋਂ ਖੇਡਿਆ ਕਿਉਂਕਿ ਤਾਬੇ ਵੱਲੋਂ ਖੇਡਦਾ ਖੇਡਦਾ ਲੈ ਵੀ ਤਾਬੇ ਗੁਰਲਾਲ ਸਿਆਣਾ ਹੋ ਗਿਆ ਗੁਰਲਾਲ ਕਹਿੰਦੇ ਹੋਰ ਵੀ ਸਿਆਣਾ ਹੋ ਗਿਆ ਵਧੀਆ ਕਬੱਡੀ ਖੇਡ ਰਿਹਾ ਪਰ ਸੁੱਖੇ ਦੀ ਚੜ੍ਹਾਈ ਆ ਉੱਧਰ ਕਹਿੰਦੇ ਟਮੋ ਵਾਲੀਆ ਇੱਕ ਪਾਸੇ 25000 ਤੇ ਦੂਜੇ ਪਾਸੇ 60000 ਗੋਰੀ ਵੀ ਕਹਿੰਦੇ ਨੈਸ਼ਨਲ ਸਟਾਈਲ ਵਿੱਚ ਕਹਿੰਦੇ ਬਹੁਤ ਤਗੜਾ ਖੇਡਦਾ ਰਿਹਾ ਗੋਰੀ ਟਿੰਮੋ ਵਾਲੀ ਆ ਕੀਪੇ ਦੇ ਗੋਰੀ ਨੇ ਇਸ ਸੀਜ਼ਨ ਵਿੱਚ ਬਹੁਤ ਤਗੜਾ ਖੇਡ ਪ੍ਰਦਰਸ਼ਨ ਕੀਤਾ ਹੈ ਪਰ ਸੱਟ ਲੱਗਣ ਦੇ ਕਾਰਨ ਮੁੰਡੇ ਗਰਾਊਂਡਾਂ ਤੋਂ ਥੋੜਾ ਕੁ ਦੂਰ ਰਹੇ ਨੇ ਬਹੁਤ ਸੋਹਣਾ ਨੌਜਵਾਨਾਂ ਦਾ ਪ੍ਰਦਰਸ਼ਨ ਹੁੰਦਾ ਹੈ ਪਰ ਅੱਜ ਜਿਗਰਾ ਦੇਖਣ ਵਾਲਾ ਹੈ ਗੋਰੀ ਦਾ ਮੈਨੂੰ ਲੱਗਦਾ ਦੂਜਾ ਜਾਂ ਤੀਜਾ ਮੈਚ ਹੋਵੇਗਾ ਮੁੰਡੇ ਦਾ ਹੌਸਲਾ ਅਫਜ਼ਾਈ ਆਪਾਂ ਜ਼ਰੂਰ ਕਰਨੀ ਹੈ ਜੇ ਜੱਫਾ ਲਾ ਦਿੱਤਾ ਪਰ ਹਾਫ ਟਾਈਮ ਹੋਇਆ ਚੋਲਾ ਸਾਹਿਬ ਤੇ ਖਾਖਾਂ ਦੇ ਪੁਆਇੰਟਾਂ ਵੱਲ ਆਪਾਂ ਜ਼ਰੂਰ ਝਾਤੀ ਮਾਰਾਂਗੇ ਜ਼ਰੂਰ ਆਪਾਂ ਦੇਖਾਂਗੇ ਕਿੰਨੇ ਕੁ ਨੰਬਰ ਹੈ ਚੋਲੇ ਸਾਹਿਬ ਦੇ ਨੰਬਰ ਨੇ 14 ਤੇ ਖਾਖਾਂ ਦੇ ਪੁਆਇੰਟ ਨੇ 16.5 14 ਤੇ 16.5 ਫਰਕ ਕੋਈ ਜ਼ਿਆਦਾ ਨਹੀਂ ਹੈ ਕਿਉਂਕਿ ਜੱਫੇ ਇੱਕ ਦੀ ਗੱਲ ਹੈ ਮੈਚ ਫਸਿਆ ਹੋਇਆ ਕਿਉਂਕਿ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਵੇ ਖਾਣੀ ਕਿ ਡਾਂਗੀ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਕਿ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਵੇ ਖਾਣੀ ਕਿਉਂਕਿ ਸਿੰਘ ਫਸੇ ਹੋਏ ਆ ਜ਼ੋਰ ਦੋਨਾਂ ਪਾਸੇ ਬੜਾ ਲੱਗਿਆ ਇੱਕ ਮਿੰਟ ਸੁਰ ਸਿੰਘ ਪ੍ਰਤਾਪ ਕਹਿੰਦਾ ਥੋੜੀ ਕਿੰਤੂ ਪਰੰਤੂ ਆ ਥੋੜੀ ਡਾਊਟ ਹੈ ਡਾਊਟ ਹੈ ਡਾਊਟ ਹੈ ਕਿਉਂਕਿ ਪਰਮਾਤਮਾ ਦੀ ਮਿਹਰ ਹੈ ਪਰਮਾਤਮਾ ਦੀ ਮਿਹਰ ਹੈ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤੇ ਚਾਰ ਛਫੇਰਾ ਕਹਿੰਦੇ ਗਰਾਊਂਡ ਦਾ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੈਗੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਖੱਖ ਪਿੰਡ ਦੀ ਸੰਗਤ ਦੀ ਤਰਫੋਂ ਵੈਲਕਮ ਉੱਥੇ ਖਾਲਸਾ ਜੀ ਆਏ ਨੇ ਬਾਬਾ ਗੁਰਮੇਜ ਸਿੰਘ ਜੀ ਮੁੱਖ ਸੇਵਾਦਾਰ ਧੰਨ ਧੰਨ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਲੋਵਾਲ ਦੇ ਪਿੰਡ ਵਿੱਚ ਜਨਮ ਲਿਆ ਤੇ ਟਿੰਮੋਵਾਲ ਦੀ ਧਰਤੀ ਤੇ ਆਪਣਾ ਜੀਵਨ ਲਾਇਆ ਸੇਵਾ ਕਰਨ ਦੇ ਵਾਸਤੇ ਬਾਬਾ ਗੁਰਮੇਜ ਸਿੰਘ ਜੀ ਤਰਨਾ ਦਲ ਵਾਲੇ ਇਹਨਾਂ ਬੋਲਾਂ ਦੇ ਵਾਸਤੇ ਬਹੁਤ ਵੱਡਾ ਪਿਆਰ ਸਤਿਕਾਰ ਦੇ ਰਹੇ ਹੈ ਮੈਂ ਧੰਨਵਾਦ ਕਰਦਾ ਉੱਥੇ ਗੁਰਨਾਮ ਸਿੰਘ ਜੀ ਲੰਬੜਦਾਰ ਤਖਤੂ ਚੱਕ ਤੋਂ ਆਏ ਉਹਨਾਂ ਦਾ ਧੰਨਵਾਦ ਏਕਲ ਗੱਡੇ ਵਾਲੇ ਸੁਖਦੇਵ ਸਿੰਘ ਜੀ ਸਾਬਕਾ ਸਰਪੰਚ ਆਏ ਹੈ ਉਹਨਾਂ ਦਾ ਵੀ ਧੰਨਵਾਦ ਤੇ ਮੈਚ ਬਹੁਤ ਚੋਟੀ ਦਾ ਸਾਈਡਾਂ ਚੇਂਜ ਹੋ ਚੁੱਕੀਆਂ ਨੇ ਚੋਟੀ ਦਾ ਮੁਕਾਬਲਾ ਮੇਰੇ ਵੀਰੋ ਕਿ ਸਾਨਾ ਦਾ ਭੇਡ ਜਿਹਨੇ ਦੇਖਣਾ ਉਹ ਬਹਿ ਜਾਓ ਮਿੱਤਰੋ ਲੈਣ ਛੱਡ ਕੇ ਬਹਿ ਜਾਓ ਮਿੱਤਰੋ ਲੈਣ ਛੱਡ ਕੇ ਉਹ ਆ ਗਿਆ ਕਹਿੰਦੇ ਭੂਰੀ ਵੱਡਾ ਦਮ ਭਰਿਆ ਕਿ ਨਹੀਂ ਆਉਣੇ ਮਿਰਜੇ ਪਰਤ ਕੇ ਨਾ ਕੋਠੇ ਚੜ ਚੜ ਦੇਖ ਕਦੇ ਮਟਾਇਆ ਨੀ ਮਿਟਦੇ ਵਿਓ ਮਾਤਾ ਨੇ ਲਿਖਦੇ ਜਿਹੜੇ ਲੇਖ ਉਹ ਸਾਹਮਣੇ ਪਾਤੇ ਭੂਰੀ ਤੇ ਰਤਨਗੜੀਆ ਪਾਓ ਰਤਨਗੜੀ
ਖੜੀਆ ਪਰ ਭੂਰੀ ਕਹਿੰਦੇ ਸਿਰਾ ਤਰਾ ਗਿਆ ਇੱਕ ਹੋਰ ਨੰਬਰ ਆਪਣੀ ਟੀਮ ਦੀ ਝੋਲੀ ਪਾ ਗਿਆ ਤੇ ਨੌਜਵਾਨ ਚੜ੍ਹਤ ਆ ਗਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਚੜ੍ਹਤ ਪੱਟੀ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਪੱਟੀ ਤਹਿਸੀਲ ਆ ਤੇ ਕਬੱਡੀ ਚੜ੍ਹਤ ਵੀ ਪੈ ਗਈ ਆ ਲਓ ਪੱਪਾ ਦਾ ਤੇਜ ਤਕਰਾਰ ਲਓ ਚੜ੍ਹਤ ਭੱਜ ਗਿਆ ਚੜ੍ਹਤ ਭੱਜ ਗਿਆ ਚੜ੍ਹਤ ਭੱਜ ਗਿਆ ਚੜ੍ਹਤ ਇੱਕ ਤਕੜੇ ਬਣਦਾ ਵਾਧਾ ਕਰਦਾ ਆਇਆ ਅਗਲੀ ਕਬੱਡੀ ਪਾਉਣ ਦੇ ਲਈ ਲਓ ਛੋਟਾ ਕੱਦਾ ਲਓ ਘੋੜਾ ਕਬੱਡੀ ਪਾ ਰਿਹਾ ਦੋ ਭਰਾ ਖੇਡਦੇ ਆ ਸੁਰਜਣ ਤੇ ਅਰਜਨ ਦੋਵੇਂ ਘੋੜੇ ਆ ਇੱਕ ਛੋਟਾ ਘੋੜਾ ਇੱਕ ਵੱਡਾ ਘੋੜਾ ਲਓ ਘੋੜੇ ਦੀ ਕਬੱਡੀ ਪੈ ਰਹੀ ਆ ਲਓ ਤੇਜਾ ਸਿੰਘ ਵਾਲੇ ਨੇ ਕੰਨ ਤੇ ਤੱਤੀ ਜੀ ਧਰੀ ਵੀ ਆ ਪਰ ਘੋੜਾ ਤੇ ਘੋੜਾ ਤੇ ਘੋੜਾ ਹੀ ਆ ਘੋੜਾ ਤੇ ਘੋੜਾ ਹੀ ਆ ਘੋੜਾ ਤੇ ਘੋੜਾ ਹੀ ਆ ਸ਼ਿਵ ਕਰ ਗੱਲ ਤਾਬੇ ਦੀ ਪੈਂਦੀ ਕਬੱਡੀ ਦੇ ਤਾਬਾ ਆ ਗਿਆ ਕਹਿੰਦੇ ਸੁਰ ਸਿੰਘ ਪਿੰਡ ਦਾ ਸੁਰ ਸਿੰਘ ਪਿੰਡ ਸੰਤ ਮਹਾਂਪੁਰਸ਼ਾਂ ਨੂੰ ਜਨਮ ਦੇਣ ਵਾਲੀ ਧਰਤੀ ਹੈ ਉਹ ਖੱਖਾਂ ਵਾਲਾ ਕਹਿੰਦੇ ਬਾਜ ਵਾਲੀ ਝਪਟ ਮਾਰਦਾ ਪਰ ਦੇਖਦੇ ਆ ਕਿ ਨੌਜਵਾਨ ਆਪਣੇ ਘਰ ਪੁੱਜ ਗਿਆ ਹੈ ਹੈਪੀ ਸਿੰਘ ਹੌਸਲੇ ਬੁਲੰਦ ਰੱਖ ਹੁੰਦੇ ਜਿਨ੍ਹਾਂ ਦੇ ਹੌਸਲੇ ਬੁਲੰਦ ਲੋਕੋ ਖੜ ਕੇ ਧਰਤੀ ਤੋਂ ਅੰਬਰਾਂ ਨੂੰ ਛੂ ਲੈਂਦੇ ਰਾਜੇ ਖੇਲੇ ਜੁਰਤ ਰੱਖਣ ਵਾਲੇ ਜੋਧੇ ਜੜ ਤੋਂ ਪਹਾੜਾਂ ਨੂੰ ਧੂ ਲੈਂਦੇ ਨਰੰਜਨਪੁਰ ਦਾ ਸੁਖਾ ਮੇਰਾ ਵੀਰ ਗੁਰਜੰਟ ਖੱਖ ਇਹਨਾਂ ਬੋਲਾਂ ਦੇ ਵਾਸਤੇ ਬਹੁਤ ਵੱਡੇ ਪਿਆਰ ਦੇ ਰਿਹਾ ਹੈ ਦੇਖ ਗੁਰਜੰਟ ਉਹ ਸੁਖੇ ਦੇ ਰਤਨਗੜੀਆ ਫਾਟਕ ਚੜ ਗਿਆ ਕਿ ਬਹੁਤਾ ਹੀ ਗੁੱਸਾ ਕਰ ਗਈ ਤੂੰ ਪੱਖੀ ਵਿੱਚ ਬੱਜੇ ਹੁਣੇ ਦਾ ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟ ਕਪੂਰੇ ਦਾ ਉਹ ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟ ਕਪੂਰੇ ਦਾ ਰਤਨਗੜੀਆ ਸੋਟੀ ਨੇ ਫਾਟਕ ਕਾਹਦਾ ਬੰਦ ਕੀਤਾ ਮੈਂ ਜੋ ਬਰਾਬਰੀ ਦੇ ਖੜਾ ਦਿੱਤਾ ਲੈ ਵੀ ਔਲਖਾਂ ਵਾਲਿਆ ਪਾਣੀ ਨੱਕ ਦੀ ਸੇਧ ਨੂੰ ਤਰਿਆ ਹੁੰਦਾ ਪਾਣੀ ਨੱਕ ਦੀ ਸੇਧ ਨੂੰ ਤਰਿਆ ਹੁੰਦਾ ਰਮਣ ਜਿੱਦਰ ਦੀ ਕਬੱਡੀ ਜਾਂ ਕਹਿੰਦੇ ਫਰਿਆਦ ਨੂੰ ਜਾਂ ਦਿੱਲੀ ਨੂੰ ਜਾਂ ਹੈਪੀ ਨੂੰ ਕਹਿੰਦੇ ਕਿਹਾ ਵੀ ਬੜਾ ਤੇਜ ਤਕਰਾਰ ਰਮਣ ਦੀ ਵਸੇਗਾ ਦਿੱਲੀ ਲਲੀਆਂ ਦੀ ਧਰਤੀ ਤੇ ਦੂਜੇ ਪਾਸੇ ਜੋਰ 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 ਪਰ ਪਾਇਟ ਚੋਲਾ ਸਾਹਿਬ ਦੀ ਟੀਮ ਦੇ ਖਾਤੇ ਜੁੜ ਗਿਆ ਪਾਇਟ ਚੋਲਾ ਸਾਹਿਬ ਦੀ ਟੀਮ ਦੇ ਖਾਤੇ ਜੁੜ ਗਿਆ ਲਓ ਅਠਵਾਲਾ ਵਾਲੇ ਨੇ ਕਬੱਡੀ ਪਾਈ ਆ ਤੇ ਜੋਧਿਆਂ ਵਾਲਾ ਕਰੂਗਾ ਗੱਲ ਲਓ ਅਠਵਾਲਾ ਵਾਲਾ ਮਹਾਂਵੀਰ ਵਧਿਆ ਇੱਕ ਪਾਸੇ ਕਹਿੰਦੇ ਮੁੰਡਾ ਗੋਰੀ ਆ ਤਿੰਮੋ ਵਾਲੀ ਆ ਮਾਂ ਦਾ ਮਨ ਪ੍ਰੀਤ ਕਹਿੰਦੇ ਡੋਲੇ ਉੱਤੇ ਆਪਣੇ ਜਿਗਰੀ ਯਾਰ ਦੀ ਫੋਟੋ ਬਣਾਈ ਹੋਈ ਆ ਸੁਖਮਨ ਚੋਲੇ ਵਾਲੇ ਦੀ ਪਰ ਵੇਖਦੇ ਆ ਕਿ ਨੰਬਰ ਰੇਡਰ ਦਾ ਵਿਕਰਮਜੀਤ ਬਿੱਕਾ ਭੰਡੇਰ ਤੇ ਸੰਦੀਪ ਤਾਲਾ ਕਾਬਲ ਉਤਰਦੇ ਹੋ ਤੇ ਨਾਲ ਭੇਜਾ ਡੀਪੀ ਇਹਨਾਂ ਸਾਰੇ ਅੰਪਾਇਰ ਵੀਰਾਂ ਦਾ ਤੇ ਬੈਂਟੀ ਮੱਲਾ ਜੀ ਜਿਹਨਾਂ ਦਾ ਬੇਟਾ ਸੇਠ ਮੱਲਾ ਵੀ ਬਹੁਤ ਸੋਹਣਾ ਖੇਡਦਾ ਆਹ ਗੁਰਲਾਲ ਨੇ ਜਦੋਂ ਉਰਲੀ ਸਾਈਡਾਂ ਰੇਡਾਂ ਪਾਈਆਂ ਮੇਰੀ ਵਾਲੀ ਸਾਈਡ ਤੇ ਦੋ ਪੁਆਇੰਟ ਕਮਾਲ ਦੇ ਜੋੜੇ ਉਹਨਾਂ ਪੁਆਇੰਟਾਂ ਦੇ ਤਾੜੀਆਂ ਵੱਜੀਆਂ ਹੁਣ ਜੇ ਅੰਮ੍ਰਿਤ ਪੈ ਗਿਆ ਫਿਰ ਗੱਲ ਮੁਸ਼ਕਲ ਹੋਵੇਗੀ ਆਹ ਔਲਖਾਂ ਵਾਲਾ ਅੰਮ੍ਰਿਤ ਜਿਹਨੇ ਕਹਿੰਦੇ ਜਗਾੜ ਦੇਖਣ ਵਾਲੇ ਹੁੰਦੇ ਹੈ ਜਫੇ ਦੇਖਣ ਵਾਲੇ ਹੁੰਦੇ ਹੈ ਅੰਮ੍ਰਿਤ ਤੇ ਗੁਰਲਾਲ ਟੱਕਿਆ ਗਿਆ ਗੁਰਲਾਲ ਟੱਕਿਆ ਗਿਆ ਔਲਖਾਂ ਵਾਲੇ ਨੇ ਕਹਿੰਦੇ ਇੱਕ ਤਕੜੇ ਪੜਦਾ ਰਮਨ ਜੀ ਮਾਫੀ ਮੰਗਦਾ ਇਹਦੀਆਂ ਤਿੰਨ ਰੇਡਾਂ ਤੇ ਗੁਰਜੰਟ ਭਰਾ ਕਹਿੰਦਾ 500 ਲਾ ਦਿਓ ਆ 500 ਮੇਰੇ ਹੱਥਾਂ ਦੇ ਵਿੱਚ ਵੀਰ ਨੇ ਪਹੁੰਚਾ ਦਿੱਤਾ ਇਹਦੀਆਂ ਤਿੰਨ ਰੇਡਾਂ ਤੇ 500 ਲਓ 500 ਖੱਖਾਂ ਵਾਲੇ ਕਹਿੰਦੇ ਹੈਪੀ ਦੇ ਵਾਂਗਰਾਂ ਕਦੇ ਪੁੱਠੀ ਕਰੇ ਸਿੱਧੀ ਪਾਉਂਦਾ ਹੈ ਇਹ ਆ ਕੋਪੀ ਤੇ ਇੱਕ ਤਾੜੀ ਪੱਟੀ ਹਰੀ ਖਖਾਲੇ ਸਵਾਦ ਲੈ ਰਿਹਾ ਕਿਉਂਕਿ ਮੈਚ ਫਸਿਆ ਆ ਮੈਚ ਕਹਿੰਦੇ ਫਸ ਗਿਆ ਗੁਰਜੰਟ ਭਰਾ ਨੇ 500 ਦੇ ਮਾਣ ਗੋਪੀ ਦੇ ਵਾਸਤੇ ਕੀਤੇ ਆ ਵਾਕਿਆ ਮੈਚ ਫਸ ਗਿਆ ਉਹ ਧਾਬਾ ਆ ਗਿਆ ਕੰਡੇ ਦੇ ਕਿਨਾਰੇ ਦੇ ਘੇਰੀ ਤੇ ਦੋ ਨੰਬਰ ਤੋਂ ਜਰਮਨਜੀਤ ਬੰਮੂ ਬੰਮੂ ਜੇ ਤਿੰਨ ਜਫੇ ਲਾਉਣੇ ਤੇ ਸੁਖਜਿੰਦਰ ਸਿੰਘ ਮਸਕਟ ਵੱਲੋਂ 500 ਤੇ 500 ਗੁਰਜੰਟ ਖੱਖ ਵੱਲੋਂ ਹੈ 1000 ਬੰਮੂ ਦੇ ਤਿੰਨ ਜਫਿਆਂ ਦਾ ਹੋ ਗਿਆ ਲਓ ਖੱਖਾਂ ਵਾਲਿਓ ਦਿਲਾਂ ਦੀਆਂ ਧੜਕਣਾਂ ਵੱਧਦੀਆਂ ਜਾ ਰਹੀਆਂ ਕਿਉਂਕਿ ਜਿਉਂ ਜਿਉਂ ਮੈਂ ਸਮਾਪਤੀ ਵੱਲੋਂ ਜਾ ਰਿਹਾ ਲਓ ਰਤਨਗੜੀਆ ਛੋਟੀ ਪਰ ਘੋੜਾ ਇੱਕ ਤਕੜੇ ਬੈਣ ਦਾ ਵਾਧਾ ਕਰ ਗਿਆ ਉਹ ਜਿਹੜੇ ਜਿਹੜੇ ਚਾਹੁੰਦੇ ਆ ਕਿ ਖੱਖਾਂ ਦੀ ਟੀਮ ਜਿੱਤੇ ਇੱਕ ਤਾੜੀ ਮਾਰ ਕੇ ਦੱਸੋਗਾ ਤੇ ਹੁਣ ਜਿਹੜੇ ਚਾਹੁੰਦੇ ਆ ਕਿ ਚੋਲਾ ਸਾਹਿਬ ਜਿੱਤੇ ਹੁਣ ਉਹ
ਦੱਸੋਗਾ ਹੁਣ ਉਹ ਤਾੜੀ ਮਾਰਿਓ ਜਿਹੜੇ ਚਾਹੁੰਦਿਆਂ ਟੀਮ ਕੋਈ ਵੀ ਜਿੱਤੇ ਪਰ ਸਵਾਦ ਪੂਰਾ ਆਵੇ ਸਵਾਦ ਪੂਰਾ ਆਵੇ ਨਾ ਸਵਾਦ 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 ਪਰ ਅਠਵਾਲਾ ਵਾਲਾ ਹੱਥ ਨਹੀਂ ਧਰਾਉਂਦਾ ਇੱਕ ਤਗੜੇ ਬੈਂਡ ਦਾ ਵਾਧਾ ਕਰ ਗਿਆ ਉਹ ਚੜਤ ਦੀ ਕਬੱਡੀ ਤੇ ਜੋਧਿਆਂ ਵਾਲਿਆ ਆ ਜਾ ਆ ਗਿਆ ਕਹਿੰਦੇ ਚੜਤ ਬੜੀ ਚੜਤ ਹੈ ਬਾਜਾਂ ਵਾਲੇ ਦੇ ਬਾਜ ਦੀ ਇਹ ਪੱਟੀ ਵਾਲਾ ਚੜਤ ਹੈ ਬੀਬੀ ਰਜਨੀ ਦਾ ਏਰੀਆ ਹੈ ਇਹਨੇ ਕਹਿੰਦੇ ਸੇਵਾ ਕੀਤੀ ਤੇ ਕਹਿੰਦੇ ਭਲਵਾਨਾਂ ਦੇ ਏਰੀਏ ਚੋਂ ਆਇਆ ਪੱਟੀ ਵਾਲਾ ਪਰ ਆਇਆ ਸ਼ਕਰਪੁਰੀਆ ਬੜੇ ਮਿੱਠੇ ਜੇ ਸੁਭਾਅ ਦਾ ਪਰ ਕਹਿੰਦੇ ਜਿਸਮਾਨੀ ਚੁਮਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਫਰਿਆਦ ਅਲੀ ਸ਼ਕਰਪੁਰੀਆ ਉਹ ਅਗਲੀ ਕਬੱਡੀ ਅਰਜਨ ਘੋੜਾ ਇਹਦਾ ਸ਼ਾਮਪੁਰਾ ਪਿੰਡ ਹੈ ਪਰ ਮੁੰਡੇ ਨੇ ਰਮਦਾਸ ਮਸ਼ਹੂਰ ਕੀਤਾ ਹੈ ਅੱਜ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਖਾਖਾਨੀ ਤਰਫੋਂ ਅਗਲਾ ਧਾਵਾ ਬੋਲਦਾ ਹੈ ਘੋੜੇ ਤੇ ਕੌਣ ਕਾਠੀ ਘੋੜੇ ਤੇ ਕਾਠੀ ਪੈ ਗਈ ਘੋੜੇ ਤੇ ਕਾਠੀ ਘੋੜੇ ਤੇ ਕਾਠੀ ਲੋ ਤਿੰਮੋ ਜੇ ਦਾ ਪੁਆਇੰਟ ਜੇ ਘੋੜੇ ਦਾ ਲੋ ਬੱਲੇ 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 ਉਹ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਮੈਂ ਪਹਿਲਾਂ ਹੀ ਕਿਹਾ ਸੀ ਕਿ ਖੱਖਾਂ ਦੇ ਵਿੱਚ ਅੱਗ ਵਰਦੀ ਆ ਖੱਖਾਂ ਦੇ ਵਿੱਚ ਅੱਗ ਵਰਦੀ ਆ ਕਿਉਂਕਿ ਤਾਬਾ ਅਜੇ ਨਾਨ ਸਟਾਪ ਕਬੱਡੀਆਂ ਪਾ ਰਿਹਾ ਤਾਬਾ ਅਜੇ ਨਾਨ ਸਟਾਪ ਕਬੱਡੀਆਂ ਪਾ ਰਿਹਾ ਤਾਬੇ ਨੂੰ ਪਤਾ ਕਿ ਦਰਬਦਰ ਬੜਾ ਜਿੱਥੋਂ ਹਾਰੇ ਤੇ ਕੁਝ ਨੀ ਜੇ ਜਿੱਤੇ ਤਾਂ ਫਾਈਨਲ ਦੇ ਵਿੱਚ ਪੁੱਜਣਾ ਜੇ ਜਿੱਤੇ ਤੇ ਫਾਈਨਲ ਦੇ ਵਿੱਚ ਨਾ ਤਾਬਾ ਤਗੜੇ ਪੈਣ ਦਾ ਵਾਧਾ ਕਰ ਗਿਆ ਨਾ ਸੁੱਖ ਦੀ ਕਬੱਡੀ ਤੇ ਸ਼ਿਵ ਚੱਕ ਲੈ ਤੇ ਕਰਗਲ ਪੈਂਦੀ ਕਬੱਡੀ ਦੇ ਫਾਈਨਲ ਦੇ ਵਿੱਚ ਰਮਨ ਸਿਆ ਸੋਨੇ ਦੀਆਂ ਮੁੰਦਰੀਆਂ ਅੱਜ ਕੌਣ ਜਿੱਤੂ ਪਰ ਰਤਨਗੜੀਆ ਆਈ ਤੇ ਆਇਆ ਉਹ ਮੁੰਡਾ ਸੰਧੂਆਂ ਦਾ ਕਮਾਲ ਕਰੀ ਜਾ ਰਿਹਾ ਨਰਿੰਦਰਪੁਰੀਆ ਸਾਨ ਉਹ ਸ਼ੇਰਾਂ ਨਾਲ ਮੱਥੇ ਪਹਾੜਾਂ ਨਾਲ ਜੱਫੇ ਲਾਉਂਦੇ ਨੇ ਪੰਜਾਬੀ ਜਿਹੜੇ ਇਰਾਦਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਉਹਨੇ ਧਰਤੀ ਤੇ ਭਾਰ ਬੇਈਮਾਨ ਬੰਦਿਆਂ ਨੂੰ ਵੱਜਦੇ ਨੇ ਥਾਂ ਥਾਂ ਤੋਂ ਧੱਕੇ ਔਰ ਰਤਨਗੜੀਆ ਸੰਧੂਆਂ ਦਾ ਮੁੰਡਾ ਔਰ ਰਤਨਗੜੀਆ ਨੇ ਕਹਿੰਦੇ ਸੁੱਖਾ ਫਿਰ ਢਾਲਿਆ ਸੁੱਖਾ ਫਿਰ ਢਾਲਿਆ ਸੁੱਖਾ ਫਿਰ ਢਾਲਿਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਲਓ ਹੁਣ ਜਿੰਦਰ ਸਿੰਘ ਹੁਣ ਦਰਬਦਰ ਹੋਰ ਵੱਡਾ ਹੋ ਗਿਆ ਜ਼ੋਰ ਲਾਲੀ ਦਾ ਵੀ ਲੱਗਿਆ ਉੱਧਰ ਕਹਿੰਦੇ ਦੁਆਬੇ ਵਾਲਾ ਪਰ ਮੁੰਡਾ ਤਕੜੇ ਪੈਰ ਦਾ ਵਾਧਾ ਕਰ ਗਿਆ ਦਿਆਬੀਆਂ ਨੂੰ ਤਰਸੇਗੀ ਦੁਆਬਾ ਘੋੜਿਆ ਤੇਰੇ ਵਾਸਤੇ ਸਰਦਾਰ ਸਰਬਜੀਤ ਸਿੰਘ ਜੀ ਸੱਬੀ ਸਰਪੰਚ ਜਿਨ੍ਹਾਂ ਦਾ ਪੁੱਤਰ ਕੈਨੇਡਾ ਚ ਵਸਦਾ ਮਹਿਕ 200 ਦੇ ਮਾਨ ਘੋੜੇ ਦੇ ਵਾਸਤੇ ਕਰਾਏ ਹੈ ਅਗਲੀ ਕਬੱਡੀ ਕੌਣ ਆ ਗਿਆ ਪੂਰੀ ਇਹ ਆ ਕਹਿੰਦੇ ਵੱਡੇ ਪਰਿਵਾਰ ਦਾ ਫੂਲੇ ਨਿਕਲਿਆ ਪੂਰੀ ਤੇ ਦੂਸਰੇ ਪਾਸੇ ਬ੍ਰਹਮ ਪਰਿਵਾਰ ਦੇ ਸਰਦਾਰ ਚੈਂਚਲ ਸੋਹਣਾ ਪੋਤਰਾ ਪਰ ਪੂਰੀ ਪਿਆਰ ਦੇ ਨਾਲ ਪੂਰੀ ਤੇ ਗੋਰੀ ਦਾ ਕਹਿੰਦੇ ਬੜਾ ਪਿਆਰ ਹੈ ਤਾਬਾ ਫਿਰ ਆ ਗਿਆ ਖੱਖਾ ਤਾਬਾ ਫਿਰ ਆ ਗਿਆ ਤਾਬਾ ਫਿਰ ਆ ਗਿਆ ਤਾਬਾ ਹੱਸਦਾ ਆਉਂਦਾ ਸਿਆਣੇ ਕਹਿੰਦੇ ਆ ਜਦ ਫੁੱਲੀਆਂ ਦੇ ਮੱਥਾ ਮੱਥਾ ਹਾਸਾ ਆਉਂਦਾ ਹੋਵੇ ਨਾ ਜ਼ਰੂਰ ਕੋਈ ਚਾਹੁਣ ਵਾਲਾ ਅੱਜ ਦੁਆਵਾਂ ਕਰ ਰਿਹਾ ਹੁੰਦਾ ਪਰ ਸਦਮਾ ਵਾਲਿਆ ਇਹਨੂੰ ਤਜਰਬਾ ਬੜਾ ਇਹਨੇ ਕਬੱਡੀ ਖੇਡੀ ਨੀ ਇਹਨੇ ਕਬੱਡੀ ਹੰਡਾਈ ਆ ਲਓ ਘੋੜੇ ਦੀ ਕਬੱਡੀ ਘੋੜਾ ਆ ਗਿਆ ਕਹਿੰਦੇ ਰਮਦਾਸ ਵਾਲਾ ਇਹਦੇ ਵੀ ਪੱਬਾਂ ਦੇ ਵਿੱਚ ਕਹਿੰਦੇ ਭਚਾਲ ਹੀ ਲੈ ਕੇ ਕਬੱਡੀਆਂ ਪਾਉਂਦਾ ਉਡੂ ਉਡੂ ਕਰਦਾ ਇਹ ਬਾਜਾ ਵਾਲੇ ਦਾ ਬਾਜ ਕਹਿੰਦੇ ਤੇਜਾ ਸਿੰਘ ਪਿੰਡ ਦੇ ਨੌਜਵਾਨ ਢਿੱਲੋ ਪਰਿਵਾਰ ਦੇ ਬਖਤਾਵਰ ਸੋਹਣਾ ਗੋਪੀ ਘੋੜਾ ਗੋਪੀ ਹੁਣ ਕਹਿਣ ਦੀ ਲੋੜ ਨੀ ਪੈਂਦੀ ਉਹ ਢੋਲ ਵਾਲਿਆ ਬਿਨਾਂ ਢੋਲ ਤੋਂ ਭੰਗੜੇ ਪੈਂਦੇ ਆ ਬਿਨਾਂ ਢੋਲ ਤੋਂ ਭੰਗੜੇ ਪੈਂਦੇ ਆ ਖੱਖਾਂ ਦਾ ਮੇਲਾ ਮਹਾਂਪੁਰਖਾਂ ਦੀਆਂ ਯਾਦਾਂ ਐਨਆਰਆਈ ਵੀਰਾਂ ਦਾ ਸਹਿਯੋਗ ਜਿੱਤੂ ਕੌਣ ਖਿੱਚਦਾ ਰਹਿਣੀ ਆ ਖੱਖਾਂ ਦਾ ਮੇਲਾ ਧੱਕਦਾ ਪੈਣੀ ਆ ਧੱਕਦਾ ਪੈਣੀ ਆ ਪਰ ਮਨਜਿੰਦਰ ਸਿੰਘ ਤੇਰੇ ਤੋਂ ਬੜਾ ਹਾਰੇ ਜਾਈਏ ਹੈਪੀ ਪੰਮੂ ਜਫਾ ਇੱਕ ਇੱਕ ਹੋਰ ਲਾ ਤੇ ਉਹ ਪਾ ਜਿਹੜੇ
मुंडा कहना ना आनंदपुर वाला के ठंड पा बम्मू हैप्पी तेरे जफ्फिया भी मांग है जे ठंड कहंदे रब पा रिया ते गैस ग्राउंड जो निकल रही है लो महावीर दी कबड्डी ओ रतनगढ़िया रतनगढ़िया उठोए उठोए आज तारमदार बंडा ओ रतनगढ़िया ने सरा कराया ते ढोल वाला कहंदे हर ट्राई दे ढोल ते डगा लाई जांदा ते ताता फिर आ गया ओ मरिया फिर आ गया नजारा आई जांदा ताबा ये पहलवान करतार सिंह दे पिंड दा मैं देखदा के बाज भी आया होया सरली तो देख पासिया ओ शान दी रेड़ ताबा चीता रेड़ पा रिया ते दूसरे पासे संधवा वाला गोला ये भी यार कह के ने बेस्ट चाफी बन के आया मलेशिया चो ओ किनू किनू ताबे दी खेड वधिया लगदी है करतारी मार के दसो क्योंकि ताबा पुराने रंग जिया अभी गोपी ताबा पुराने रंग जिया पूरी कहते सिरा करा रहा ये शंदे अशरवाल का कहते चेता खिलाड़ी बनया थोड़ी किंतु परंतु जरूर आ विजय ते पर परमात्मा मेहर करे तो पूरी दी कबड्डी ਸੋਨੂ ਬਲ ਬਤਾਲੇ ਵਾਲਾ ਕਹਿੰਦਾ ਕਿ ਭਾਈ ਟ੍ਰੇਡਰ ਦੇ ਖਾਤੇ ਆ ਭਾਈ ਟ੍ਰੇਡਰ ਦੇ ਖਾਤੇ ਲਾ ਗਰਨਾਲ ਦੀ ਕਬੱਡੀ ਤੇ ਸ਼ਿਪ ਹਾਂ ਗਰਨਾਲ ਕਹਿੰਦੇ ਇੱਕ ਤਾਂ ਕਰਨੌਲ ਵਾਲਾ ਗੁਰਲਾਲ ਤੇ ਇੱਕ ਸੁਖਮਨ ਦੇ ਭੁਲੇਖੇ ਪਾਉਣ ਵਾਲਾ ਸੋਲਾ ਦਾ ਗੁਰਲਾਲ ਪਰ ਆ ਹੈ ਗੁਰਲਾਲ ਨੌਜਵਾਨ ਕਬੱਡੀ ਪਾਉਣ ਦੇ ਵਾਸਤੇ ਵਧਿਆ ਜਿਹੜੀ ਦੇਖਣ ਵਾਲੀ ਚਾਲ ਜਦੋਂ ਨੰਬਰ ਲੈਂਦਾ ਉਦੋਂ ਸਵਾਲ ਆਉਂਦਾ ਵੱਖਰਾ ਜਿਹਾ ਜਦੋਂ ਨੰਬਰ ਲੈਂਦਾ ਕਮਾਲ ਇਹ ਹੈ ਕਹਿੰਦੇ ਗੁਰਲਾਲ ਉਂਗਲ ਖੜੀ ਕਰਦਾ ਕਿ ਨੰਬਰ ਮੇਰਾ ਹੈ ਕਿ ਸਾਡਾ ਹੱਕ ਇੱਥੇ ਰੱਖ ਕੇ ਸਾਡਾ ਹੱਕ ਇੱਥੇ ਰੱਖ ਉਹ ਆ ਗਿਆ ਕਹਿੰਦੇ ਮਹਾਂਵੀਰ ਅਠਵਾਲ ਕਹਿੰਦੇ ਸ਼ੇਰਾਂ ਵਰਗੀ ਦੇਖਣੀ ਹੈ ਅੰਨਾ ਜੋਰ ਹੈ ਛਾਤੀ ਵਿੱਚ ਕਿ ਨਹਿਰ ਦੀਆਂ ਪਟੜੀਆਂ ਤੇ ਮਿਹਨਤਾਂ ਲਾਉਣੀਆਂ ਪੈਂਦੀਆਂ ਨੇ ਖਲ ਵਾਲੀਆਂ ਬੋਰੀਆਂ ਨਿਚੋੜ ਨਿਚੋੜ ਕੇ ਪਕੜਾਂ ਬਣਾਉਣੀਆਂ ਪੈਂਦੀਆਂ ਨੇ ਫਿਰ ਜਾ ਕੇ ਹੁੰਦੀ ਜਿੱਤ ਕਿਤੇ ਹੁੰਦੀ ਹਾਰ ਮਿੱਤਰੋ ਸੋਖਾ ਬਣਨਾ ਨੀ ਕਬੱਡੀ ਦਾ ਸਟਾਰ ਮਿੱਤਰੋ ਸੋਖਾ ਬਣਨਾ ਨੀ ਕਬੱਡੀ ਦਾ ਸਟਾਰ ਮਿੱਤਰੋ ਲਓ ਵੀ ਕਬੱਡੀ ਪਾਉਣ ਦੇ ਲਈ ਤੇ ਮੁੰਡਾ ਸੋਹਣਾ ਨੀ ਕੌਡੀਆਂ ਪਾਵੇ ਤੇ ਟਿੱਪ ਟਿੱਪ ਚੋਲ ਮੁਰਗਾ ਮੁੰਡਾ ਸੋਹਣਾ ਨੀ ਕੌਡੀਆਂ ਪਾਵੇ ਲੈ ਵੀ ਚੌੜੇ ਵਧਰਿਆਂ ਵਾਲਿਆ ਆ ਮੁੰਡਾ ਅੱਜ ਸਿਰਾ ਕਰਾਈ ਆਉਂਦਾ ਆ ਮੁੰਡਾ ਸਿਰਾ ਕਰਾਈ ਆਉਂਦਾ ਜਾਂ ਉਖਾਰੇ ਨੂੰ ਕਹਿ ਦੇ ਜਾਂ ਖੱਖਾਰੇ ਨੂੰ ਕਹਿ ਦੇ ਕਿ ਦਰਬਦਰ ਵੱਡਾ ਦਰਬਦਰ ਵੱਡਾ ਲਓ ਫਿਰ ਕਹਿੰਦੇ ਪੁਆਇੰਟ 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 ਕਿੰਤੂ ਪਰੰਤੂ ਕਿੰਤੂ ਪਰੰਤੂ ਕਿੰਤੂ ਪਰੰਤੂ ਕਿੰਤੂ ਪਰੰਤੂ ਕਿੰਤੂ ਪਰੰਤੂ ਕਿੰਤੂ ਪਰੰਤੂ ਚੋਟੀ ਦਾ ਮੁਕਾਬਲਾ ਚੋਟੀ ਦਾ ਮੁਕਾਬਲਾ ਜੇ ਸਾਡੇ ਚੋਟੀ ਦਾ ਮੁਕਾਬਲਾ ਐਨਆਰਆਈ ਵੀਰਾਂ ਨੇ ਚੋਟੀ ਦਾ ਮੁਕਾਬਲਾ ਚੋਟੀ ਦਾ ਮੁਕਾਬਲਾ ਐਨਆਰਆਈ ਵੀਰਾਂ ਨੇ ਸੁਜੋਗ ਵਧੀਆ ਪਾਏ ਐ ਤੇ ਮੈਚ ਵੀ ਕਹਿੰਦੇ ਵਧੀਆ ਤੇ ਪਲੇਅਰ ਵੀ ਸਰੇਰੇ ਆਏ ਐ ਵੀ ਅੱਜ ਹੈਪੀ ਦੀਆਂ ਕਹਿੰਦੇ ਯਾਰੀਆਂ ਬਗਾਨ ਨੂੰ ਪਲੇਅਰ ਪੁੱਜੇ ਤਾੜੀ ਮਾਰ ਦਿਓ ਖੁੱਲ ਕੇ ਕਿਉਂਕਿ ਫੈਸਲੇ ਦੀ ਘੜੀ ਆ ਗਈ ਆ ਲਓ ਫੈਸਲੇ ਦੀ ਘੜੀ ਆ ਲਾਸਟ ਦੋ ਦੋ ਕਬੱਡੀਆਂ ਲਓ ਜੱਜ ਬਹਿ ਗਏ ਆ ਤੇ ਪੇਸ਼ੀ ਘੋੜੇ ਦੀ ਰਤਨਗੜੀਆ ਸੋਢੀ ਕੋਸ਼ਿਸ਼ ਕਰਦਾ ਪਰ ਪੁਆਇੰਟ ਰੇਡਰ ਦੇ ਖਾਤੇ ਕਿ ਮਸਲਾ ਜਿੱਤ ਦਾ ਬਣ ਗਿਆ ਓਏ ਕੌਡੀਆਂ ਤਾਬਿਆਂ ਦੋ ਦੋ ਪਾ ਦੇ ਕੌਡੀਆਂ ਤਾਬਿਆਂ ਦੋ ਦੋ ਪਾ ਦੇ ਸ਼ਿਵ ਕਰ ਗੱਲ ਪੈਂਦੀ ਕਬੱਡੀ ਦੇ ਤਾਬਾ ਆ ਗਿਆ ਹੋ ਤਾਬਾ ਕਹਿੰਦੇ ਆ ਗਿਆ ਉੱਚਾ ਲੰਮਾ ਗੱਭਰੂ ਜਿਹਦੀ ਉੱਚੀ ਲੰਮੀ ਹੇਕ ਲੈ ਸਾਂਭੀ ਭਾਬੋ ਪੁਰਾਣੀਆਂ ਮੈਨੂੰ ਮੁੰਡਾ ਲੈਣ ਦੇ ਦੇਖ ਦੌਲੇ ਤੇ ਖੰਡਾ ਬਣਾਇਆ ਖੰਡੇ ਥੱਲੇ ਕਹਿੰਦੇ ਆਪਣੇ ਵੀਰ ਦੀ ਫੋਟੋ ਬਣਾਈ ਹੋਈ ਹੈ ਪਰ ਫਰਿਆਦ ਨੇ ਹਲਕਾ ਜਾ ਕਹਿੰਦੇ ਦਾ ਮਾਰ ਕੇ ਗਿੱਟਾ ਪੱਟ ਕੇ ਤੇ ਕਿੱਲ ਕੱਢ ਕੇ ਚਿੱਬ ਕੱਢ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਹੋਰ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਕਿ ਝੜਕੀ ਸਰੀਰਾਂ ਵਾਲੀ ਕੰਡ ਮਿੱਤਰੋ।